ਕਿੱਦਾਂ ਯਾਰੋ ਕੀ ਹਾਲ ਚਾਲ ਆ। ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਰੇਹ ਖਿਲਾਰਨ ਲੱਗੇ ਸੀਗੇ ਅਤੇ ਇੱਧਰ ਆਪਣੇ ਵੀਰ ਜੀ ਖੋਲ੍ਹੀ ਜਾਂਦੇ ਆ ਬੋਰੀ ਅਤੇ ਲੱਗਦੇ ਹਾਂ ਹੁਣ ਖਿਲਾਰਨ। ਆਪਾਂ ਕਿਹੜਾ ਦੋ ਲਿਆਂਦੀਆਂ, ਦੋ ਹੀ ਜਾਣੇ ਆ, ਫਿਰ ਕਰਦੇ ਹਾਂ ਹੱਲ ਕੋਈ ਅੱਗੇ ਨਾਲੇ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਬਣਾਉਣੇ ਆ। ਫਿਰ ਆਪਾਂ ਕੈਮਰਾ ਅੱਜ ਸਾਈਡ 'ਤੇ ਰੱਖ ਕੇ ਵੀਡੀਓ ਬਣਾਉਣੀ ਆ, ਸਹੀ ਹੈ ਨਾ, ਖਿਲਾਰਦੇ ਦੀ ਬਣਾ ਦੇਈਏ। ਖੋਲ ਲੱਗੇ ਉਹ ਖੁੱਲ ਗਈ ਤੇ ਚਲੋ ਹੁਣ ਆਪਾਂ ਲੱਗਦੇ ਹਾਂ ਖਿਲਾਰ ਨੂੰ। ਆਹ ਲਿਆਂਦਾ ਚੱਟੋ, ਆਪਾਂ ਚੜੂੰਗਾ ਇੱਕ ਅਜੇ ਨਵਾਂ ਬਣਾਈ ਜਾਂਦੇ ਹਾਂ ਪਾਈ ਕੇ ਫਿਰ ਚਲਾਲ ਫਿੱਟ ਹੋਇਆ ਫਿਰਦਾ ਚੋਬਰ ਪੂਰਾ ਖਿਲਾਰੀ ਜਾਂਦਾ ਤੇ ਚਲੋ ਕੋਈ ਨੀ ਖਿਲਾਰਦੇ ਹਾਂ। ਆਪਾਂ ਨਵੇੜ ਲਗੇ ਕੰਮ ਇੰਨਾ ਰਹਿ ਗਿਆ ਬਸ, ਇੱਧਰ ਉੱਧਰ ਉੱਧਰ ਓਕੇ ਕਰਤਾ ਸਹੀ ਆ ਜਮਾ ਰੇਹ ਦੇ ਦੇ ਫਿਰ ਮੈਨੂੰ ਮਾੜੀ। ਆ ਗਏ ਸੀਗੇ ਯਾਰੋ ਆਪਾਂ ਲੈ ਕੇ ਰੇਹ ਤੇ ਆ ਪਿੱਛੇ ਤੁਸੀਂ ਦੇਖ ਸਕਦੇ ਆ ਦੋ ਬੋਰੀਆਂ ਲੱਦੀਆਂ ਏ ਤੇ ਇਹ ਆਪਾਂ ਇੱਧਰ ਪਾਉਂਦੇ ਆ। पिछे तो जाके बधाने खेत ट्राली भरी फिर रेह दी खिलार देंगे सारी कोई चक्कर नहीं है दिखा गल। चलो कोई नहीं फिर हम आप चलते हैं उत्थे जाके फिर तुम दिखाने ਬੰਦਾ ਲਾਉਂਦੇ ਹੋਏ ਕੈਮਰਾ ਫੜਨ ਵਾਲਾ 300 ਰੁਪਇਆ ਦਿਹਾੜੀ ਤੇ। ਹਾਂ ਬਈ ਯਾਰ ਪਾਈ ਗਏ ਰੇ ਪਾਉਣੀ ਪੈਣੀ ਜਿਹੜੀ ਰੱਖ ਕੇ ਲਿਆਂਦੀ ਹੁਣ ਟਰਾਲੀ ਭਰੀ ਫਿਰਦੇ ਹੋ ਤਾਂ ਲੱਦੀ ਜਾਂਦਾ ਸੀ ਉਹਦਾ ਵੀ ਪਤਾ ਗਾਂ ਪਾਉਣੀਆਂ ਵੀ ਆ ਔਖਾ ਯਾਰ ਇਹਦਾ ਕੰਮ ਤਾਂ ਯਾਰ ਉਹ ਜੇ ਆਪਣੇ ਫੈਨ ਜੇ ਵਾਹ ਵਾਹ ਹੋ ਗਏ ਫਿਰ ਕੀ ਆਪਣੇ ਰੇਹ ਹੀ ਪਾ ਜਾ ਕਰਨਾ। ਆ ਗਏ ਸੀਗੇ ਆਪਾਂ ਯਾਰ ਉਹ ਖੇਤ ਅਤੇ ਆਹ ਦੇਖੋ ਕਣਕ ਅਤੇ ਆਹ ਖਾਲਾ ਹਜੇ ਸਵਾਰਨ ਵਾਲਾ ਪਿਆ ਇਹਨੂੰ ਹਜੇ ਪਾਣੀ ਲਾਉਣਾ ਆਪਾਂ ਅਤੇ ਪਹਿਲਾਂ ਕਰਦੇ ਹਾਂ ਸੈੱਟ ਅਤੇ ਆਹ ਬੈਂਡੀ ਜੀ ਵੀ ਖੋਲ੍ਹਣ ਵਾਲੀ ਆ ਅਤੇ ਚਲੋ ਕੋਈ ਨਹੀਂ ਅੱਜ ਇੱਥੇ ਹੀ ਆਪਾਂ ਇੱਧਰੋਂ ਆਹ ਖਾਲਾ ਤਾਂ ਆਪਾਂ ਬਣਾਤਾ ਕਰੀ ਜਾਂਦੇ ਹਾਂ ਸੈੱਟ ਅਤੇ ਫਿਰ ਉਹ ਮੋਟਰ ਦਾ ਵੀ ਕਰਕੇ ਆਉਣਾ ਹੈ ਆਪਾਂ ਅਤੇ ਇਹ ਕਣਕ ਦੇ ਥੱਲੇ ਰੇਹ ਪਾ ਕੇ ਇਹਨੂੰ ਲਾਉਣੇ ਆ ਪਾਣੀ। ਆਹ ਕਹਿੰਦੇ ਯਾਰ ਉਹ ਕਰਤਾ ਸਿਰਾ ਇੱਥੇ ਮੁੰਡੇ ਨੇ ਪਹਿਲਾਂ ਤੁਸੀਂ ਵੇਖਿਆ ਵੀ ਕਿੱਡਾ ਭੈੜਾ ਹਾਲ ਸੀਗਾ ਅਤੇ ਹੁਣ ਕਰਤਾ ਸਿਰਾ ਅਤੇ ਇੱਧਰੋਂ ਵੀ ਖਾਲਾ ਬਣਾਤਾ ਵਧੀਆ ਖਰਚੇ ਖੁਰਚੇ ਕਰਤੇ ਬਾਹਰ ਨੂੰ। ਆਹ ਦੇਖ ਲਓ ਅੱਜ ਰਾਤ ਨੂੰ ਆਉਣੀ ਆ ਲਾਈਟ ਅੱਜ ਛੱਡਾਂਗੇ ਇੱਕ ਵਾਹ ਨੂੰ ਤਾਂ ਵੈਸੇ ਆਪਾਂ ਛੱਡਤਾ ਲਾਈਟ ਤਾਂ ਆ ਗਈ ਉਹ ਮੋਟਰ ਚੱਲੀ ਜਾਂਦੀ ਆ ਅਤੇ ਚਲੋ ਕੋਈ ਨਹੀਂ 100x ਜੂਮ ਵਾਲਾ ਲੈ ਕੇ ਆਉਂਦਾ ਨਾ ਜਿੱਦੇ ਉੱਤੇ ਤੁਹਾਨੂੰ ਇੱਥੋਂ ਮੈਂ ਸਾਰੀਆਂ ਮੋਟਰਾਂ ਹੀ ਚੱਲਦੀਆਂ ਵਿਖਾ ਦਿਆ ਕਰ ਲੱਗ ਪਏ ਹਾਂ ਯਾਰ ਉਹ ਖਿਲਾਰਨ ਆਪਾਂ ਇੱਧਰ ਤਾਂ ਨਵੇੜਤਾ ਸੀਗਾ ਅਤੇ ਇੱਧਰ ਰਹਿ ਗਿਆ ਬਸ ਕਿੰਨਾ ਕੁ ਰਹਿ ਗਿਆ ਕਿੰਨਾ ਕੁ ਰਹਿ ਗਿਆ ਟਰਾਲੀ ਵਿਹਲੀ ਹੋਜੂ ਅੱਜ ਚੱਲ ਕੋਈ ਨਹੀਂ ਫਿਰ ਹੁਣ ਆਪਾਂ ਦੱਸਣਾ ਨਹੀਂ ਵੀ ਇਹਦਾ ਅਗਲੀ ਰੇਹ ਦਾ ਆਪਾਂ ਕੀ ਕਰਨਾ ਦਾ ਰੇਹ ਦਾ ਕੰਮ ਸਾਰਾ ਕਰਤਾ ਓਕੇ ਅਤੇ ਚਲੋ ਰਾਤ ਨੂੰ ਆਵਾਂਗੇ ਉਦੋਂ ਤੁਹਾਡੇ ਨਾਲ ਕਰਾਂਗੇ ਸ਼ੇਅਰ। ਲਓ ਵੀ ਯਾਰ ਉਹ ਆ ਗਏ ਸੀਗੇ ਆਪਾਂ ਖੇਤ ਅਤੇ ਹੁਣ ਹਨੇਰਾ ਹੋਇਆ ਪਿਆ ਵਾਹਵਾ ਅਤੇ ਮੋਟਰ ਆਪਣੀ ਚੱਲ ਪਈ ਆ ਜੋ ਤੁਹਾਨੂੰ ਦਿਖਾਉਣੇ ਆ ਅੱਗੇ ਪਾਣੀ ਹੁਣ ਅੱਜ ਰਾਤ ਦੀ ਵਾਰੀ ਰਹਿ ਗਈ ਲਾਸਟ ਇਹ ਜਿੱਥੇ ਆਪਾਂ ਅੱਜ ਰੇਹ ਪਾ ਕੇ ਗਏ ਸੀਗੇ ਅਤੇ ਇਦੋਂ ਮਗਰੋਂ ਹੁਣ ਆਊਗੀ ਦਿਨੇ ਉੱਦਾਂ ਫਿਰ ਹੁਣ ਕਰਾਂਗੇ ਹੱਲ ਅੱਜ ਕਿਹੜਾ ਰਾਤ ਦੀ ਵਾਰੀ ਦੇ ਵਿੱਚ ਆਪਾਂ ਜਿੰਨਾ ਕੁ ਲੱਗਦਾ ਨੇੜੇ ਕਰ ਲਈਏ ਚਾਹੇ ਉਸਨੂੰ ਚੱਲਦੀਆਂ ਵਿਖਾਉਣੇ ਆ ਦੋਨੇ ਇੱਕ ਤਾਂ ਇਹ ਛੱਡਣ ਵਾਲੀ ਆ ਅਤੇ ਇੱਕ ਚੱਲੀ ਜਾਂਦੀ ਆ ਉਹ ਜੋ ਫਿੱਟ ਫਿਰ ਚਲੋ ਹੋਰ ਤਾਂ ਹੁਣ ਕੋਈ ਦਿਸਦਾ ਨਹੀਂ ਸੀਰੇ ਦੇ। ਆਹ ਦੇਖੋ ਬਈ ਐਂ ਖੜਾਈ ਆ ਇਹ ਐਂ ਚੱਲ ਰਹੀ ਹੈ ਇਸ ਟਾਈਮ
ਉਹ ਟਾਇਰ ਦੇ ਵਿੱਚ ਡਿੱਗ ਰਹੀ ਹੈ ਇਹ। ਖੇਲ ਵੀ ਇਹਦੀ ਹੈਗੀ ਆ, ਖੇਲ ਵੀ ਵਿਖਾ ਦਿੰਦੇ ਹਾਂ ਉਹਵੇ, ਪਰ ਖੇਲ ਦੇ ਵਿੱਚੋਂ ਉਹ ਨਹੀਂ ਆ ਰਿਹਾ, ਇਹਨੂੰ ਖਾ ਲਈ ਹੈ ਨਹੀਂ ਗੀ, ਅਤੇ ਤਾਂ ਕਰਕੇ ਫਿਰ ਇਹ ਇੱਦਾਂ ਖੜਾਈ ਆ ਆਪਾਂ। ਅਤੇ ਚਲੋ ਆ ਜਾਓ, ਤੁਹਾਨੂੰ ਦੂਜੀ ਮੋਟਰ ਵੀ ਵਿਖਾਉਣੀ ਆ, ਇਹ ਤਾਂ ਹੋ ਗਈ ਉਹ। ਹਾਂ ਯਾਰ, ਉਹ ਆਪਣੀ ਦੂਜੀ ਮੋਟਰ ਆ ਅਤੇ ਚੱਲੀ ਜਾਂਦੀ ਆ ਵਧੀਆ। ਅੱਜ ਆ ਥੋੜ੍ਹਾ ਤੁਹਾਨੂੰ ਵਿਖਾਇਆ ਸੀਗਾ, ਆਹ ਬਣਾਇਆ ਵੇਖੋ ਆਪਣਾ ਫਿੱਟ ਪੂਰਾ ਕੀਤਾ ਚੋਪਰਾ ਨੇ ਅੱਜ ਇੱਥੋਂ, ਲੀਕ ਉਹਨਾਂ ਨਹੀਂ ਹਟਦਾ ਸੀ, ਅੱਜ ਹਟਾਤਾ ਫਿਰ ਇਹ ਵੀ। ਆ ਗਏ ਸੀਗੇ ਯਾਰ ਉਹ ਆਪਾਂ ਫਿਰ, ਅਤੇ ਪਾਣੀ ਦੇਖਣ ਆਏ ਸੀਗੇ ਜਿਹੜਾ ਰਾਤ ਛੱਡ ਕੇ ਗਏ ਸੀ। ਲੱਗ ਗਿਆ ਵੈਸੇ ਪਾਣੀ ਤਾਂ, ਇਹ 'ਚੋਂ ਤਾਂ ਜੀਰ ਵੀ ਗਿਆ ਲੈ, ਕੀ ਕਰੂੰ ਕੋਈ, ਰਾਤ ਭਰਿਆ ਸੀ ਅਤੇ ਹੁਣ ਜੀਰ ਗਿਆ, ਅਤੇ ਆਹ ਉਹੀ ਕੰਮ ਕਰਤਾ ਜੀ ਤੋਂ ਡਰਦੇ ਸੀਗੇ, ਪੈ ਗਿਆ ਘਰ ਆ, ਫਿਰ ਟਰਾਲੀ ਚੱਕਣੀ ਪੈਣੀ ਉਹਨੇ ਇੱਥੋਂ। ਕੀ ਬਣੂ ਹੁਣ ਚੱਟਾ, ਕੀ ਬਣੂੰਗਾ, ਫਿੱਟ ਹੋਈਏ। ਚਲੋ ਕੋਈ ਨਹੀਂ, ਇਹ ਵੀ ਕਿਸੇ ਦਿਨ ਫਿਰ ਹੁਣ ਫੇਰ ਬੰਨ ਕੇ ਜਾਵਾਂਗੇ, ਅੱਜ ਤਾਂ ਨਹੀਂ, ਅੱਜ ਤਾਂ ਪਰ ਇਹ ਪਾਉਣੀ ਆ ਦੂਜੇ ਖੇਤ ਦੇ ਵਿੱਚ। ਉੱਧਰ ਆ ਗਏ ਸੀਗੇ ਆਪਾਂ ਯਾਰੋ, ਹੁਣ ਖੇਤ ਦੇ ਵਿੱਚ ਰੇਹ ਖਿਲਾਰਨ, ਅਤੇ ਖਿਲਾਰੀ ਜਾਂਦੇ ਸੀ ਬਸ, ਅੱਜ ਲਾਸਟ ਹੀ ਆ, ਨਿਬੜ ਜਾਣਾ, ਲਾਸਟ ਦੋ ਕੁ ਬੋਰੀਆਂ ਰਹਿ ਗਈਆਂ। ਪਹਿਲਾਂ ਆਪਾਂ ਲਿਆ ਨਹੀਂ ਸੀਨ, ਪਹਿਲਾਂ ਮੈਂ ਚੱਲ ਕੰਮ ਨਿਬੇੜ ਲਗੇ, ਬਸ ਇੱਧਰ ਰਹਿ ਗਏ ਉਹ ਅਗਲਾ ਕਿਆਰਾ, ਅਤੇ ਦੋ ਬੋਰੀਆਂ ਰਹਿ ਗਈਆਂ ਨਿਬੇੜ ਕੇ, ਅਤੇ ਚੱਲਦੇ ਹਾਂ ਫਿਰ ਘਰ। ਗਿਆ ਆਪਣਾ ਯਾਰੋ ਰੇਹ ਦਾ ਕੰਮ, ਅਤੇ ਚਲੋ ਹੁਣ ਆ ਜਾਓ, ਹੁਣ ਦੇਖਦੇ ਹਾਂ ਅੱਗੇ ਕੀ ਕਰਦੇ ਹਾਂ। ਅੱਜ ਆਪਾਂ ਕਰਦੇ ਹਾਂ ਨਾਲੇ ਸ਼ਾਮ ਤੀਕਰ ਵਲੋਗ ਦਾ ਐਂਡ, ਕਟਿੰਗ ਕਰਵਾਉਣ ਦਾ ਇਰਾਦਾ ਸੀਗਾ ਯਾਰ, ਹੁਣ ਚੱਲਦੇ ਹਾਂ ਜੇ ਆਪਣਾ ਹੋਇਆ ਯਾਰ ਤਾਂ। ਉਹਦੇ ਕੋਲ ਬਾਹਲਾ ਬੁਰਾ ਹਾਲ ਹੋਇਆ ਪਿਆ ਵੇਖ ਲਓ, ਟਾਈਮ ਨਹੀਂ ਲੱਗਾ ਗਾ ਹੁਣ ਆਪਣਾ ਪਾਣੀ ਪੂਣੀ ਦੇ ਵਿੱਚ, ਦੂਜੇ ਦੇ ਵਿੱਚ ਆਪਣਾ, ਅਤੇ ਹੁਣ ਅੱਜ ਨਿਬੜਿਆ ਏ ਕਾਫੀ ਦਿਨਾਂ ਬਾਅਦ, ਅਤੇ ਨਾਲੇ ਹੁਣ ਚਲੋ ਆਪਾਂ ਚੱਲਦੇ ਹਾਂ ਕਟਿੰਗ ਕਰਵਾਉਣੇ ਆ, ਨਾਲੇ ਆਪਣਾ ਪਾਣੀ ਦਾ ਤਿਉਹ। ਬਸ ਓਕੇ ਆ, ਓਕੇ ਜਮਾ ਚੱਲ ਠੀਕ ਆ ਯਾਰ। ਲਓ ਵੀ ਯਾਰੋ, ਨਿਬੜ ਗਿਆ ਸੀਗਾ ਆਪਣਾ ਕੰਮ, ਅਤੇ ਦੇਖ ਸਕਦੇ ਜਿਵੇਂ ਦੇਖਿਆ ਵੀ ਕੱਲ੍ਹ।
ਕੇ ਆਵਾਂਗੇ ਤੁਹਾਡੇ ਵਾਸਤੇ ਐਤਕੀ ਦੇ ਵਲੌਗ ਦੇ ਵਿੱਚ। ਆਪਣਾ ਪਾਣੀ ਦਾ ਵੀ ਨਿਬੜ ਗਿਆ ਬਈ ਸਾਰਾ, ਅਤੇ ਆਪਾਂ ਦੂਜਾ ਵੀ ਕਰਤਾ, ਰੇਹ ਦਾ ਵੀ ਸਾਰਾ ਨਿਬੇੜਤਾ, ਅਤੇ ਹੁਣ ਚਲੋ ਆਪਾਂ ਥੋੜ੍ਹਾ ਜਿਹਾ ਡਿਫਰੈਂਟ ਵਲੌਗ ਲੈ ਕੇ ਆਵਾਂਗੇ ਕੋਈ। ਅਤੇ ਫੋਨ ਵੀ ਆਪਣਾ ਹੁਣ ਠੀਕ ਆ ਵੈਸੇ, ਅਤੇ ਇੱਕ ਤਾਂ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਚਲੋ ਤੁਹਾਨੂੰ ਦੱਸਾਂਗੇ, ਇਹਦੇ ਵਿੱਚ ਹੀ ਮੈਂ ਰਿਵੀਲ ਕਰਨਾ ਹੈਗਾ ਵੀ ਕੀ ਚੱਕਰ ਆ, ਥੋੜ੍ਹਾ ਜਿਹਾ ਹਟ ਕੇ ਹੋਊਗਾ ਵਲੌਗ ਇਹਨੂੰ ਅਗਲਾ। ਅਤੇ ਚਲੋ ਉਹ ਦੇਖਿਓ ਅਤੇ ਫਿਰ ਉਹ ਦੱਸਿਓ ਵੀ ਬਾਈ ਕਿਵੇਂ ਲੱਗਾ। ਅਤੇ ਇਹ ਵਲੌਗ ਦੇ ਵਿੱਚ ਬਈ ਇੰਨਾ ਹੀ, ਅਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸਿਆ ਕਰੋ ਬਈ ਕਿਵੇਂ ਲੱਗਦੇ ਆ ਵਲੌਗ ਆਪਣੇ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਹੁਣ ਆਪਾਂ ਜੱਟੋ ਅਗਲੇ ਵਲੌਗ ਦੇ ਵਿੱਚ।